पंजाब दे हिंदू सिख भाईचारे नूं कोई तोड़ नहीं सकता। मुख्यमंत्री भगवंत मान वल्लों सिख सरूप नूं मंदा बोलिया ते बादल दल ने जवाब दिता, इह आपसी लड़ाई है, आम जनता दी कोई गल नहीं कर रहा। इन्हां शब्दां दा प्रगटावा भारतीय जनता पार्टी दे कौमी आगू सुखविंदर सिंह गरेवाल ने खमान नूं मिलनी दौरान किते। उन्हां बोलदिआं कहा कि पिछले समय विच जो दिल्ली च दंगे होए सन, उह दंगे नहीं सगों कतलोगार्द सी। पंजाबी बोलण वाले नूं वी मारिया गया। उस समय दी कांग्रेस सरकार ने सिखां दे पवित्र हरिमंदर साहिब नूं वी ढह ढेरी कीता। प्रधानमंत्री नरेंद्र मोदी ने भाईचारे ते माड़ी सोच रखण वालियां नूं जो अपने आप नूं खब्बी खान कहाउंदे सन, उन्हां नूं उन्हां दी कीती दा फल दे के जेल दीआं सलाखां पिछे सुट्टिआ। इस मौके ते डॉक्टर नरेश चौहान वल्लों सुखविंदर सिंह गरेवाल नूं खमाणों अते समराला विच आ रहीआं समस्यां बारे जाणू करवाया अते पंजाब विच 2024 दीआं लोक सभा चोणां विच यकीती बनाउण लई विचार वटांदरा वी कीता गिआ। अंत विच आए सब साथीआं दा धन्नवाद कीता। इस मौके ते यशपाल, कार्यकारनी मैंबर खन्ना अते समराला तों ਬਿੰਟਾ ਹਾਜ਼ਰ ਸਨ। ਹਿੰਦੂ ਸਿੱਖ ਭਰਾਵਾਂ ਦਾ ਇਹੋ ਜਿਹਾ ਰਿਸ਼ਤਾ ਜੋ ਇੱਕ ਦੂਜੇ ਨੂੰ ਕੋਈ ਵੱਖ ਨਹੀਂ ਕਰ ਸਕਦਾ ਹੈਗਾ। ਪੰਜਾਬ ਨੇ ਪਹਿਲਾਂ ਵੀ ਮਾੜਾ ਦੌਰ ਝੇਲਿਆ ਔਰ ਸਾਫ਼ ਇੱਕ ਸੁਨੇਹਾ ਦਿੱਤਾ ਪੂਰੇ ਵਿਸ਼ਵ ਭਰ ਦੇ ਵਿੱਚ ਕਿ ਸਾਡਾ ਜਿਹੜਾ ਰਿਸ਼ਤਾ ਜਿਹੜਾ ਹੈਗਾ ਉਹ ਇੰਨਾ ਮਜ਼ਬੂਤ ਆ ਅਤੇ ਅਸੀਂ ਕਦੇ ਵੱਖ ਨਹੀਂ ਹੋ ਸਕਦੇ। ਇਸ ਕਰਕੇ ਨਾ ਕਦੇ ਵੱਖ ਹੋਏ ਆ ਅਤੇ ਨਾ ਹੋਣਗੇ। ਹੁਣ ਕਿਵੇਂ ਹੋ ਸਕਦਾ ਵੀ ਡਾਕਟਰ ਸਾਹਿਬ ਮੈਨੂੰ ਕਿਰਪਾਨ ਕਰ ਲੈਣ, ਮੈਂ ਡਾਕਟਰ ਸਾਹਿਬ ਨੂੰ ਕਰ ਲੂੰ? ਇਹ ਜਿਹੜੀ ਸੋਚ ਆ ਇਹ ਮਾੜੀ ਸੋਚ ਆ, ਗੰਦੀ ਸੋਚ ਹੈਗੀ ਆ। ਔਰ ਇਹ ਸੋਚ ਜਿਹੜੀ ਹੈਗੀ ਆ, ਜਿਹੜੇ ਇਸ 'ਤੇ ਕੰਮ ਕਰਦੇ ਨੇ ਉਹਨਾਂ ਨੂੰ ਫੌਰੀ ਤੌਰ 'ਤੇ ਲਗਾਮ ਲੱਗੇ ਔਰ ਜਿੱਥੇ ਸਖ਼ਤੀ ਦੀ ਲੋੜ ਹੈ ਉਹ ਸਖ਼ਤੀ। ਦੂਜਾ ਕੁਐਸਚਨ ਹੈ ਜਿਵੇਂ ਸੁਖਬੀਰ ਬਾਦਲ ਭਗਵੰਤ ਮਾਨ ਬਾਰੇ ਪੁੱਠਾ ਸਿੱਧਾ ਬੋਲਦਾ ਜੀ। ਦੇਖੋ, ਚਾਹੀਦਾ ਤਾਂ ਇਹ ਆ ਵੀ ਭਗਵੰਤ ਮਾਨ ਇਹ ਦੱਸੇ ਵੀ ਮੈਂ ਕੀ ਕਰ ਰਿਹਾ, ਸਰਦਾਰ ਸੁਖਬੀਰ ਸਿੰਘ ਬਾਦਲ ਇਹ ਦੱਸੇ ਵੀ ਉਹਨਾਂ ਨੇ ਕੀ ਕੀਤਾ ਸੀ ਅਤੇ ਕਿਹੜਾ ਕੰਮ ਅਧੂਰਾ ਸੀ ਅਤੇ ਕਿਹੜਾ ਉਹਨਾਂ ਨੇ ਪੂਰਾ ਕੀਤਾ। ਫਿਰ ਤਾਂ ਉਹ ਬਣਦੀ ਆ ਪੰਜਾਬੀਆਂ ਦੀ ਗੱਲ, ਪੰਜਾਬ ਦੀ ਗੱਲ। ਜੇ ਭਗਵੰਤ ਮਾਨ ਆਪਦੀ ਬੋਲੀ ਬੋਲ ਰਿਹਾ ਔਰ ਸੁਖਬੀਰ ਹੁਣੀ ਉਹਦਾ ਜਵਾਬ ਦੇ ਰਹੇ ਆ, ਉਹ ਮੈਂ ਕਹਿੰਦਾ ਵੀ ਉਹ ਪੰਜਾਬ ਦੇ ਭਲੇ ਦੀ ਗੱਲ ਨਹੀਂ, ਉਹ ਤਾਂ ਆਪੋ ਆਪਣੀ ਗੱਲ ਹੈਗੀ ਆ। ਉਹ ਘਰ ਬੈਠ ਕੇ ਜਾਂ ਇੱਕ ਦੂਜੇ ਨੂੰ ਮਿਲ ਕੇ ਵੀ ਬੋਲ ਸਕਦੇ। ਤੀਜਾ ਜਿਹੜਾ ਹੈਗਾ ਜੀ ਇਸ਼ੂ ਹੈਗਾ, ਜਿਹੜਾ ਮੁਲਾਜ਼ਮ ਰਿਟਾਇਰ ਮੁਲਾਜ਼ਮ ਨੇ ਉਹਨਾਂ ਦਾ 200 ਰੁਪਇਆ ਕੱਟ ਲਿਆ ਜੀ ਉਹਨਾਂ ਨੂੰ। ਦੇਖੋ, ਇਹ ਜਿਹੜੀ ਸਰਕਾਰ ਹੈਗੀ ਆ ਇਹ ਲਾਰਿਆਂ ਦੀ ਅਤੇ ਨਾਰਿਆਂ ਦੀ ਸਰਕਾਰ ਆ। ਲਾਰੇ ਲਾ ਕੇ ਵੀ 1000 ਰੁਪਇਆ ਦਿਆਂਗੇ ਜੀ, ਲਾਰੇ ਲਾ ਕੇ ਵੀ ਅਸੀਂ ਮਹਿੰਗਾਈ ਦੂਰ ਕਰਾਂਗੇ। ਹੁਣ ਡੀਜ਼ਲ ਪੈਟਰੋਲ 'ਤੇ ਟੈਕਸ ਲਾ ਕੇ 10 ਦਾ, ਇਸੇ ਤਰ੍ਹਾਂ ਜਿਹੜੇ ਪੈਨਸ਼ਨ ਲੈਂਦੇ ਸੀਗੇ ਪੈਨਸ਼ਨਾਂ ਕਿੰਨੀਆਂ ਖੋਟੀਆਂ ਨੇ ਔਰ ਉਹਨਾਂ ਨੇ ਸਾਰੀ ਉਮਰ ਦੀ ਉਹਨਾਂ ਦੀ ਕਮਾਈ ਕੀਤੀ, ਉਹਦੀ ਜਿਹੜੀ ਪੈਨਸ਼ਨ ਹੈਗੀ ਆ ਉਹਦੇ ਵਿੱਚੋਂ ਜੇ ਪੈਸੇ ਕੱਟਦੇ ਆ, ਤਾਂ ਮੈਂ ਕਹਿੰਦਾ ਵੀ ਇਹ ਸਰਕਾਰ ਉਹਦੇ ਲਈ ਇਹ ਜਲਾਲਤ ਵਾਲੀ ਗੱਲ ਹੈਗੀ ਆ। ਔਰ ਮੁੱਖ ਮੰਤਰੀ ਨੂੰ ਸਾਫ਼ ਇਹਦਾ ਸਪਸ਼ਟ ਕਰਨਾ ਚਾਹੀਦਾ ਵੀ ਉਹਨਾਂ ਨੂੰ ਕਿਹੜੀ ਇਹ ਸਜ਼ਾ ਦੇ ਰਹੇ ਆ ਵੀ ਉਹਨਾਂ ਨੇ ਦੇਸ਼ ਦੀ ਔਰ ਪੰਜਾਬ ਦੀ ਸੇਵਾ ਕੀਤੀ ਸੀ। ਜਿਹੜੇ ਦਿੱਲੀ ਦੇ ਵਿੱਚ ਸੀ ਉਹ ਦੰਗੇ ਨਹੀਂ ਸੀ, ਉਹ ਇੱਕ ਪਾਸੜ ਕਤਲੇ ਗਾਰਤ ਸੀ। ਉਹਨਾਂ ਨੇ ਹਿੰਦੂ ਨਹੀਂ ਦੇਖਿਆ, ਉਹਨਾਂ ਨੇ ਸਿੱਖ ਨਹੀਂ ਦੇਖਿਆ, ਉਹਨਾਂ ਨੇ ਪੰਜਾਬੀ ਜਿਹੜਾ ਬੋਲਦਾ ਸੀ ਉਹਨੂੰ ਟਾਰਗੇਟ ਕੀਤਾ। ਉਹ ਲੋਕ ਖੁੱਲ੍ਹੇ ਫਿਰਦੇ ਸੀ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ SIT ਬਣਾ ਕੇ ਜਿਹੜੇ ਚੰਗੇ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਅਤੇ ਉਹ ਵੀ ਸਲਾਖਾਂ ਦੇ ਪਿੱਛੇ ਘੱਲੇ। ਫਿਰ ਕਾਲੀ ਸੂਚੀ ਕਿਹਨੇ ਬਣਾਈ ਸੀ? ਕਾਂਗਰਸ ਨੇ ਬਣਾਈ ਸੀ, ਉਹ ਖਤਮ ਕੀਤੀ। ਫਿਰ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ, ਇੱਕ ਪਾਸੇ ਉਹ ਲੋਕ ਨੇ ਜਿਹੜੇ ਨਮਸਤਕ ਹੁੰਦੇ ਨੇ। ਅਤੇ ਜੇ ਫਿਰ 9 ਸਾਲ ਕਮਾਲ ਹੀ ਕਮਾਲ ਨਹੀਂ ਕਰਾਂਗੇ ਤਾਂ ਮੈਂ ਕਹਿੰਦਾ ਵੀ ਫਿਰ ਸਾਡੇ ਕੰਮ ਕੀਤੇ ਦਾ ਵੀ ਕੋਈ ਲਾਭ ਨਹੀਂ ਹੈਗਾ। ਸਾਨੂੰ ਦੱਸਣ ਤਾਂ ਸਹੀ ਅਪੋਜੀਸ਼ਨ ਵਾਲੇ ਵੀ ਅਸੀਂ ਗਲਤ ਕੀ ਕਰ ਰਹੇ ਹੈਗੇ ਹਾਂ ਔਰ ਉਹਨਾਂ ਨੇ ਕੀ ਕੀਤਾ ਸੀ, ਸਾਡੇ ਵੱਲੋਂ ਕੀ ਕਮੀ ਹੈਗੀ ਆ। ਅਸੀਂ ਕਰ ਰਹੇ ਹਾਂ, ਦੇਸ਼ ਲਈ ਕਰ ਰਹੇ ਹਾਂ, ਪੰਜਾਬ ਲਈ ਕਰ ਰਹੇ ਹਾਂ, ਭਾਈਚਾਰੇ ਲਈ ਕਰ ਰਹੇ ਹਾਂ ਔਰ ਕਰਦੇ ਰਹਾਂ। ਮੀਡੀਆ ਨੂੰ ਲੋਕਤੰਤਰ ਦਾ ਚੌਥਾ ਸਮ ਕਿਹਾ ਗਿਆ, ਜਿਹਦੀ ਅੱਜ ਵੀ ਹਾਲਾਤ ਤੁਹਾਡੇ ਸਾਹਮਣੇ ਨੇ। 2009 ਦੇ ਵਿੱਚ ਮੈਂ ਪ੍ਰੈਸ ਦੀ ਆਜ਼ਾਦੀ ਲਈ, ਮੀਡੀਆ ਦੀ ਆਜ਼ਾਦੀ ਲਈ, ਰਾਈਟ ਟੂ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ, ਇਹ ਮੈਂ ਆਵਾਜ਼ ਬੁਲੰਦ ਕੀਤੀ ਸੀ ਜਦੋਂ ETC ਤੋਂ
ਖੋ ਕੇ ਲਾਈਵ ਪੀ ਟੀ ਸੀ ਨੂੰ ਦਿੱਤਾ ਸੀ। 7 ਮਹੀਨੇ ਸਸਪੈਂਡ ਰਿਹਾ ਪਾਰਟੀ ਤੋਂ, ਕਿਉਂਕਿ ਸਾਡੇ ਭਾਈਵਾਲ ਸੀਗੇ ਜੀ। ਅਤੇ ਇਸੇ ਗੱਲੋਂ ਜਿਹੜਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਵੀ ਅਸੀਂ ਨਾਲ ਸੀ, ਗਲਤੀਆਂ ਉਹਨਾਂ ਨੇ ਕੀਤੀਆਂ, ਫਿਰ ਉਹ ਸਾਡੇ ਇਤਿਹਾਸ 'ਚ ਆਉਂਦਾ ਵੀ ਫਿਰ ਕੋੜ ਫੁੱਟਣਾ, ਉਹ ਸਾਡੀ ਵੀ ਉਮਰ ਅਤੇ ਕੋੜ ਤਾਂ ਫੁੱਟਣਾ ਹੀ ਸੀ। ਇਸ ਕਰਕੇ ਅਸੀਂ ਪ੍ਰੈਸ ਦੀ ਆਜ਼ਾਦੀ ਦੀ ਗੱਲ ਉਦੋਂ ਵੀ ਕੀਤੀ ਸੀ 2009 'ਚ, ਖਾਸ ਕਰਕੇ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਇਹ ਆਵਾਜ਼ ਉਠਾਈ ਸੀ ਔਰ ਸਸਪੈਂਡ ਵੀ ਰਿਹਾ। ਅੱਜ ਵੀ ਮੈਂ ਉਸਦਾ ਹਾਮੀ ਹਾਂ ਔਰ ਜਿਹੜਾ ਪ੍ਰੈਸ ਦੀ ਦੇ ਖਿਲਾਫ਼ ਕੋਈ ਕਾਰਵਾਈ ਕਰਦਾ, ਉਹ ਚਾਹੇ ਕੋਈ ਸਰਕਾਰ ਆ ਅਤੇ ਚਾਹੇ ਕੋਈ ਬਾਹੂਬਲੀ ਆ, ਅਤੇ ਉਹ ਜਿਹੜਾ ਹੈਗਾ ਉਹ ਮੈਂ ਕਹਿੰਦਾ ਵੀ ਦੇਸ਼ ਔਰ ਦੇਸ਼ ਦੇ ਲੋਕਾਂ ਦੇ ਨਾਲ ਧਰੋਕ ਮਾਰਿਆ, ਕਿਉਂਕਿ ਚੌਥਾ ਥਾਮਿਆ ਔਰ ਇਹਦੇ ਨਾਲ ਹੀ ਲੋਕਾਂ ਦੇ ਵਿੱਚ ਜਾਗਰੂਕਤਾ ਹੈਗੀ ਆ। ਔਰ ਜੇ ਹੁਣ ਅਸੀਂ ਕਹੀਏ ਵੀ ਅਸੀਂ ਐਡ ਬੰਦ ਕਰ ਦਈਏ, ਅਸੀਂ ਏਡ ਬੰਦ ਕਰ ਦਈਏ, ਅਸੀਂ ਇਸੇ ਕੰਮ ਲਈ ਸਰਕਾਰਾਂ ਬਣਾਈਆਂ ਨੇ। ਜੇ ਸਰਕਾਰ ਹੈ ਉਹਦਾ ਕੰਮ ਹੈਗਾ ਵੀ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣਾ, ਜੇ ਕੋਈ ਕਮਜ਼ੋਰ ਆ ਉਹਦੀ ਵੱਧ ਮਦਦ ਵੀ ਹੋ ਜਾਵੇ ਸਾਨੂੰ ਕੋਈ ਉਸ ਚੀਜ਼ ਦੀ ਪ੍ਰੋਬਲਮ ਨਹੀਂ। ਲੇਕਿਨ ਜੇ ਕੋਈ ਚੱਲਦਾ ਮੀਡੀਏ ਨੂੰ ਕੋਈ ਰੋਕ ਲਾਉਂਦਾ ਹੈਗਾ ਔਰ ਉਹਦੀ ਆਜ਼ਾਦੀ ਦੇ ਨਾਲ ਖੇਡਦਾ ਹੈਗਾ, ਉਹ ਬਰਦਾਸ਼ਤ ਤੋਂ ਬਾਹਰ ਆ, ਉਹ ਚਾਹੇ ਕੋਈ ਮਰਜ਼ੀ ਸਰਕਾਰ ਹੈ। ਇੱਕ ਸਰ ਬੜੀਆਂ ਕਸੂਆਂ ਆ ਰਹੀਆਂ ਅਕਾਲੀ ਦਲ ਦਾ ਦੁਬਾਰਾ ਰਾਜ ਸੰਸਦ, ਦੇਖੋ ਇਹ ਸਾਡੀ ਕੇਂਦਰ ਦੀ ਲੀਡਰਸ਼ਿਪ ਦਾ ਮਾਮਲਾ ਹੈਗਾ। ਉਹਨਾਂ ਨੇ ਹੀ ਪਹਿਲਾਂ ਅਲਾਇੰਸ ਕੀਤਾ ਸੀ, ਠੀਕ ਹੈ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਚਲਾ ਗਿਆ ਔਰ ਉਹਦੇ ਬਾਰੇ ਆਉਣ ਵਾਲੇ ਸਮੇਂ 'ਚ ਭਵਿੱਖ 'ਚ ਕੇਂਦਰ ਕੀ ਫੈਸਲਾ ਲੈਂਦਾ, ਇਕੱਠੇ ਹੁੰਦੇ ਆ ਜਾਂ ਨਹੀਂ ਹੁੰਦੇ, ਇਹ ਉਹਨਾਂ ਦਾ ਫੈਸਲਾ। ਲੇਕਿਨ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ, ਜਿਹੜੇ ਵਰਕਰਸ ਨੇ, ਉਹਨਾਂ ਨੇ ਕਦੇ ਪਿੱਠ ਨਹੀਂ ਦਿਖਾਈ, ਉਹ ਹਮੇਸ਼ਾ ਨਾਲ ਖੜੇ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੰਜਾਬ ਲਈ ਵੱਡਾ ਐਲਾਨ, ਇਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ, ਅਮਿਤ ਸ਼ਾਹ ਜੀ ਨੇ, ਸਾਡੇ ਜੇ ਪੀ ਨੱਡਾ ਸਾਹਿਬ ਜਿਹੜੇ ਕਿ ਕੇਂਦਰ ਦੇ ਵਿੱਚ ਸਾਡੇ ਕੌਮੀ ਆਗੂ ਨੇ, ਇਹ ਉਹਨਾਂ ਦੇ ਫੈਸਲੇ ਲੈਣੇ ਆ। ਲੇਕਿਨ ਅਸੀਂ ਪੰਜਾਬ ਲਈ ਮੰਗਦੇ ਹੀ ਰਹਿਣਾ, ਸਾਡਾ ਢਿੱਡ ਨਹੀਂ ਭਰਨਾ ਔਰ ਸਾਨੂੰ ਤਾਂ ਜਿੰਨਾ ਚੰਗਾ ਕੁਛ ਦੇ ਸਕਦੇ ਆ ਪੰਜਾਬ ਲਈ, ਅਸੀਂ ਪਹਿਲਾਂ ਵੀ ਮੰਗਦੇ ਸੀ, ਅੱਜ ਵੀ ਮੰਗਦੇ ਹਾਂ, ਗਾਂਹ ਨੂੰ ਵੀ ਮੰਗਦੇ ਰਹਾਂਗੇ, ਕਿਉਂਕਿ ਕੇਂਦਰ ਜਿਹੜਾ ਹੈਗਾ ਉਹ ਇੱਕ ਮਾਂ ਦਾ ਰੂਪ ਹੁੰਦਾ, ਉਹਤੋਂ ਨਹੀਂ ਜੇ ਮੰਗਣਾ ਤਾਂ ਕਿਹਦੇ ਲਈ ਮੰਗਣਾ ਹੈਗਾ। ਮੈਂ ਤਾਂ ਤੁਹਾਨੂੰ ਵੀ ਮੀਡੀਆ ਨੂੰ ਵੀ ਕਹਿਣਾ ਹੈਗਾ ਵੀ ਸਾਡੇ ਧਿਆਨ 'ਚ ਲਿਆਓ, ਜੇ ਕੋਈ ਕੇਂਦਰ ਵਧੀਆ ਪੰਜਾਬ ਲਈ ਕੋਈ ਪ੍ਰੋਜੈਕਟ ਤੁਹਾਡੇ ਧਿਆਨ 'ਚ ਹੈਗਾ ਵੀ ਰਹਿ ਗਿਆ ਹੈਗਾ ਲੈਣਾ ਹੈਗਾ, ਤਾਂ ਅਸੀਂ ਆਵਾਜ਼ ਉਠਾਵਾਂਗੇ। ਕਿੱਦਾਂ ਸਵਾਗਤ ਕਰਦੇ ਹੋ? ਸਭ ਤੋਂ ਪਹਿਲੇ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਾਂਗਾ ਔਰ ਅੱਜ ਮੈਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਸਰਦਾਰ ਸੁਖਮਿੰਦਰਪਾਲ ਜੀ ਗਰੇਵਾਲ, ਉਹਨਾਂ ਦਾ ਮੈਂ ਵੈਲਕਮ ਕਰਦਾ ਅਤੇ ਔਰ ਅੱਜ ਅਸੀਂ ਖਮਾਣੋ ਸ਼ਹਿਰ ਨੂੰ ਅਸੀਂ ਆਪਣੇ ਆਪ ਨੂੰ ਧੰਨ ਸਮਝਦਾ ਕਿ ਉਹਨਾਂ ਦੇ ਜਿਹੜੇ ਚਰਨ ਹੈਗੇ ਆ ਖਮਾਣੋ ਵਿੱਚ ਪਏ ਔਰ ਅਸੀਂ ਉਹਨਾਂ ਨਾਲ ਜਿਹੜੀਆਂ ਸਮੱਸਿਆਵਾਂ ਹੈਗੀਆਂ, ਜਿਹੜੀਆਂ ਖਮਾਣੋ ਦੀਆਂ ਦੇ ਸਮਰਾਲੇ ਦੀਆਂ ਸਮੱਸਿਆਵਾਂ ਉਹਨਾਂ ਨੂੰ ਦੱਸੀਆਂ ਹੈਗੀਆਂ ਔਰ ਉਹਨਾਂ ਸਾਨੂੰ ਯਕੀਨ ਦਿਲਾਇਆ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਕਿ ਇਸ ਸਮੱਸਿਆ ਨੂੰ ਦੇਖਿਆ ਜਾਵੇਗਾ ਅਤੇ ਉਹਨਾਂ ਵੱਲੋਂ ਇਹ ਵੀ ਯਕੀਨ ਦਿਲਾਇਆ ਗਿਆ ਕਿ ਆਉਣ ਵਾਲੇ 2024 ਹੈਗਾ ਉਹਦੇ ਵਿੱਚ ਅਸੀਂ ਸਾਰੇ ਮਿਲ ਕੇ ਇਕੱਠੇ ਹੋ ਕੇ ਕੰਮ ਕਰਕੇ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਪੂਰੀ ਜਿੱਤ ਪ੍ਰਾਪਤ ਕਰਾਵਾਂਗੇ। ਫਿਰ ਇੱਕ ਵਾਰੀ ਮੈਂ ਗਰੇਵਾਲ ਸਾਹਿਬ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਸਾਡੇ ਕੋਲ ਆਏ, ਨਾਲ ਹੀ ਮੇਰੇ ਯਸ਼ਪਾਲ ਜੀ ਹੈਗੇ ਜਿਹੜੇ ਕਿ ਸੀਨੀਅਰ ਆਗੂ ਹੈਗੇ ਆ ਖੰਨਾ ਦੇ ਔਰ ਸਮਰਾਲਾ ਇਹਨਾਂ ਦੀ ਰਿਹਾਇਸ਼ ਹੈ, ਮੈਂ ਇਹਨਾਂ ਦਾ ਵੀ ਧੰਨਵਾਦੀ ਹਾਂ ਕਿ ਸਾਡੇ ਕੋਲ ਆਏ। ਐਗਜੈਕਟਿਵ ਮੈਂਬਰ ਹੈਗੇ ਆ ਬੀਜੇਪੀ ਦੇ ਖੰਨਾ ਦੇ ਜਿਹੜੀ ਸਟੇਟ ਬੋਡੀ ਹੈਗੀ ਹੈ, ਅਤੇ ਮੈਂ ਸਾਰੇ ਦੁਆਰਾ ਫਿਰ ਇਹਨਾਂ ਦਾ ਧੰਨਵਾਦ ਕਰਾਂ। ਥੈਂਕ ਯੂ ਵੈਰੀ ਮਚ।